ਪ੍ਰਵਾਸੀ ਭਾਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ। ਨੰਬਰ 2, ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ 'ਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ। ਨੰਬਰ 3, ਪਿੰਡ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਿਹਾਇਸ਼ ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਤਾਂ ਪਿਛਲੇ ਦਿਨੀ ਸੋਸ਼ਲ ਮੀਡੀਆ 'ਤੇ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ, ਜਿਸ ਦੇ ਵਿੱਚ ਪਿੰਡ ਨੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਇਹ ਮਤਾ ਪਾਸ ਕੀਤਾ ਸੀ, ਜਿਸ ਦੇ ਵਿੱਚ ਕਿਹਾ ਗਿਆ ਕਿ ਇਹਨਾਂ ਨੂੰ ਪਿੰਡ ਦੇ ਵਿੱਚ ਨਾ ਤਾਂ ਰਹਿਣ ਦੇ ਲਈ ਕੋਈ ਰਿਹਾਇਸ਼ੀ ਕਮਰਾ ਦਿੱਤਾ ਜਾਵੇ ਅਤੇ ਨਾ ਹੀ ਕੰਮ ਦੇ ਲਈ ਕੋਈ ਜਗ੍ਹਾ ਦਿੱਤੀ ਜਾਵੇ ਅਤੇ ਨਾਲ ਹੀ ਪਿੰਡ ਦੇ ਵੱਲੋਂ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ। ਤਾਂ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੀ ਹੈ ਤਾਂ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ। ਤਾਂ ਹੁਣ ਦੱਸਦੀ ਹੈ ਕਿ ਪਿੰਡ ਦੇ ਵੱਲੋਂ ਇਹ ਮਤਾ ਵਾਪਸ ਲੈ ਲਿਆ ਗਿਆ। ਤਾਂ ਪੂਰਾ ਮਾਮਲਾ ਖੰਨਾ ਦੇ ਪਿੰਡ ਕੌੜੀ ਦਾ, ਜਿੱਥੇ ਪਿੰਡ ਵਾਸੀਆਂ ਨੇ ਦੱਸਿਆ ਕਿ ਪ੍ਰਵਾਸੀਆਂ ਦੇ ਮੁੰਡਿਆਂ ਨੇ ਸਾਡੀ ਕਿਸੇ ਕੁੜੀ ਦੇ ਨਾਲ ਛੇੜਛਾੜ ਕੀਤੀ ਸੀ, ਜਿਸ ਤੋਂ ਬਾਅਦ ਅਸੀਂ ਇਹਨਾਂ ਨੂੰ ਚੇਤਾਵਨੀ ਦੇਣ ਦੇ ਲਈ ਇਹ ਮਤਾ ਪਾਸ ਕੀਤਾ ਸੀ, ਪਰ ਹੁਣ ਇਹਨਾਂ ਲੜਕਿਆਂ ਦੇ ਵੱਲੋਂ ਮੁਆਫੀ ਮੰਗ ਲਈ ਗਈ ਹੈ ਤੇ ਅਸੀਂ ਵੀ ਮਤਾ ਵਾਪਸ ਲੈ ਲਿਆ। ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ, ਜੋ ਕਿ ਨੰਬਰ 1, ਪ੍ਰਵਾਸੀ ਭਾਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ। ਨੰਬਰ 2, ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ 'ਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ। ਨੰਬਰ 3, ਪਿੰਡ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਿਹਾਇਸ਼ ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4, ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ, ਜੋ ਜਿਹਦਾ ਟਾਈਮ ਸ਼ਾਮ ਨੂੰ 4 ਵਜੇ। ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਫਿਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਕੋਈ ਵੱਡਾ ਮਸਲਾ ਨਹੀਂ ਜੀ, ਸਾਡਾ ਜਿਹੜਾ ਆਪਸ ਵਿੱਚ ਹੀ ਸੀਗਾ ਪਿੰਡ ਦਾ, ਇਹਨਾਂ ਨਾਲ ਇਹਨਾਂ ਨੂੰ ਅਸੀਂ ਜਿਹਨਾਂ ਨੇ ਗਲਤੀ ਕੀਤੀ ਸੀ ਅਸੀਂ ਪਿੰਡ 'ਚ ਬੈਠ ਕੇ ਲੇਵਲ 'ਤੇ ਸੁਲਝਾ ਲਿਆ, ਅਤੇ ਬਾਕੀ ਅਸੀਂ ਪੁਲਿਸ ਨੂੰ ਆਪਣੀ ਦਰਖਾਸਤ ਦੇ ਤੀ ਵੀ ਕਾਰ ਗਲਤੀ ਮੰਨ ਲਈ, ਵੀ ਅੱਗੇ ਤੋਂ ਪੁਲਿਸ ਨੂੰ ਜਾ ਕੇ ਜੋ ਕਾਰਵਾਈ ਕਰਨਗੇ ਇਹਨਾਂ ਨੂੰ ਇਹਨਾਂ ਨੂੰ ਆਪਾਂ ਨੇ ਸਮਝਾਉਣਾ ਹੀ ਆ, ਇਹਨਾਂ ਨਾਲ ਕੋਈ ਵੈਰ ਵਿਰੋਧ ਆਪਣਾ ਹੈ ਨਹੀਂ, ਅੱਗੇ ਤੋਂ ਜਿਹੜੀ ਇਹਨਾਂ ਨੂੰ ਕੰਟਰੋਲ ਕਰਨਗੇ ਅਸੀਂ ਪਿੰਡ ਵਾਸੀ ਵੀ ਕਰਨੇ ਇਹ ਵੀ ਕਰਨੇ। ਨਹੀਂ, ਜਿਵੇਂ ਹੁਣ ਪਿੰਡ ਵਾਲਿਆਂ ਨੂੰ ਬਾਹਰ ਕੱਢਣ ਦੀ ਗੱਲ ਕਹੀ ਗਈ ਸੀ, ਹੁਣ ਕੀ ਹੈਗਾ ਜਿਹੜਾ ਕੱਲ੍ਹ ਦਾ ਇੱਕ ਮੀਟਿੰਗ ਰੱਖੀ ਹੈ ਵੱਡੀ, ਤੁਹਾਡੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ, ਕੀ ਹੈਗਾ ਬਾਕੀ? ਉਹ ਜੀ ਕੋਈ ਸਾਡਾ ਕੱਢਣ ਦਾ ਕੋਈ ਇਰਾਦਾ ਨਹੀਂ, ਕੁਛ ਨਹੀਂ ਸੀਗਾ, ਇਹ ਤਾਂ ਕੋਈ ਚੇਤਾਵਨੀ ਦਿੱਤੀ ਹੈ ਬਸ। ਅਤੇ ਕੋਈ ਪਿੰਡ ਦੇ ਕੱਲ੍ਹ ਨੂੰ ਜਿਹੜੀ ਹੈਗੀ ਹੈ ਕੋਈ ਤੁਹਾਡੀ ਵੱਡੀ? ਨਹੀਂ ਅਜੇ ਫਿਲਹਾਲ ਕੋਈ। ਚਲੋ, ਨਹੀਂ ਹੁਣ ਜਿਹੜੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਜਾਂ ਇਹਨਾਂ ਨੂੰ ਕੰਮ ਦੇਣ ਦੀ ਸੀ, ਉਹ ਕੀ ਕਰ ਦਿੱਤਾ ਗਿਆ ਜੀ ਤੁਹਾਡਾ? ਉਹ ਪਿੰਡ ਦੇ ਪਿੰਡ ਲੈਵਲ 'ਤੇ ਅਸੀਂ ਉਹਨੂੰ ਸੋਲਵ ਕਰ ਲਿਆ ਜੀ, ਬਸ ਠੀਕ ਆ। ਨਹੀਂ ਹੁਣ ਉਹ ਇੱਥੇ ਰਹਿਣਗੇ ਜਾਂ ਕੱਢੇ ਜਾਣਗੇ ਜੀ ਪਿੰਡ ਤੋਂ ਬਾਹਰ? ਨਹੀਂ ਕੱਢੇ ਜਾਣ, ਕੀ ਕਰਨਾ ਹੈ ਜੀ? ਜੇ ਗਲਤੀ ਕਰਨਗੇ ਫਿਰ ਗਾਂਹ ਸਟੈਪ ਦੇਖਾਂਗੇ, ਸਟੈਪ ਟੂ ਸਟੈਪ ਗਲਤ, ਕੋਈ ਗਲਤੀ ਕਰਨੇ ਕ੍ਰਾਈਮ ਕਰਨਗੇ ਪੁਲਿਸ ਨੂੰ ਇਨਫੋਰਮੇਸ਼ਨ ਕਰਾਂਗੇ ਅਸੀਂ, ਦੱਸਾਂਗੇ, ਉਹ ਤੋਂ ਬਾਅਦ ਫਿਰ ਪਿੰਡ ਲੈਵਲ 'ਤੇ ਬਹਿ ਕੇ ਫਿਰ ਦੇਖਾਂਗੇ ਕੀ ਬੋਲ। ਇਹ ਇਹਨਾਂ ਨੇ ਜੀ ਛੇੜਖਾਨੀ ਕਰੀ ਸੀ ਥੋੜ੍ਹੀ ਜਿਹੀ ਕੁੜੀਆਂ ਨਾਲ, ਉਸ ਕਰਕੇ ਪਿੰਡ ਦੇ ਵਿੱਚ ਵੀ ਰੋਜ਼ ਆ ਥੋੜ੍ਹਾ ਫੈਲਿਆ ਸੀਗਾ, ਅਤੇ ਪਰਮਜੀਤ ਸਿੰਘ ਇਹ ਮੇਰੇ ਆਏ ਉੱਥੇ ਇਹਨਾਂ ਨੇ ਕੱਢਣਾ, ਪਰ ਉਹਦੇ ਵਿੱਚ ਕੱਢਣ ਵਾਲੀ ਅਸੀਂ ਕੋਈ ਗੱਲ ਨਹੀਂ ਹਜੇ ਕੀਤੀ, ਅਤੇ ਉਹਦੇ ਵਿੱਚ ਅਸੀਂ ਬਹਿ ਕੇ ਇਹਨਾਂ ਦਾ ਮਸਲਾ ਸੋਲਵ ਕਰਤਾ, ਉਹ ਬੱਚਿਆਂ ਨੇ ਗਲਤੀ ਮੰਨ ਲਈ ਅਤੇ ਪਿੰਡ ਵਿੱਚੋਂ ਨਹੀਂ ਕੱਢਿਆ ਜਾਊਗਾ ਇਹਨਾਂ ਨੂੰ। ਅਤੇ ਹੁਣ ਜੀ ਸਾਰਾ ਮਸਲਾ ਜੋ ਕੱਲ੍ਹ ਦੀ ਇਹਨਾਂ ਸਾਡੀ ਰੱਖੀ ਸੀ ਮੀਟਿੰਗ ਉਹ ਕੈਂਸਲ ਕਰਤੀ, ਕਿਉਂਕਿ ਉਹ ਮਸਲਾ ਸਾਡਾ ਸੋਲਵ ਹੋ ਗਿਆ, ਇਹਨਾਂ ਨੇ ਗਲਤੀ ਮੰਨ ਲਈ ਅਤੇ ਪਿੰਡ ਵਾਸੀ ਵੀ ਸਭ ਠੀਕ ਨੇ ਕਹਿੰਦੇ ਜੀ। ਅਤੇ ਹੁਣ ਭਾਈਚਾਰਾ ਪ੍ਰਵਾਸੀ? ਹਾਂ, ਪ੍ਰਵਾਸੀਆਂ ਨਾਲ ਉਹੀ ਭਾਈਚਾਰਾ ਰਹੂ, ਆਪਣੇ ਰਹਿਣਗੇ, ਕੋਈ ਇਹਨਾਂ ਨੂੰ ਇੱਥੋਂ ਬਾਹਰ ਨਹੀਂ ਕੱਢਿਆ ਜੀ। ਮੈਂ ਇਸ ਪਿੰਡ ਮੈਂ 32 ਸਾਲ ਹੋ ਗਿਆ, ਮੈਂ ਸਾਰੀ ਭਾਈ ਬੰਧੂ ਸਰਪੰਚ ਸਾਹਿਬ ਕੋ ਮੈਂ ਸਾਥ ਬੈਠਾ ਹਾਂ, ਜਿਹੜਾ ਬੰਦੇ ਗਲਤੀ ਕਰੂਗਾ ਉਹਨੂੰ ਭਾਰੀ ਸੇ ਭਾਰੀ ਸਜ਼ਾ ਮੈਂ ਕਰਵਾਉਣ ਕੇ ਲਈ ਤਿਆਰ ਬੈਠਾ ਹਾਂ ਸਰਪੰਚ ਸਾਹਿਬ ਕੇ ਅੱਗੇ। ਔਰ ਪਿੰਡ ਕੇ ਵਿੱਚ ਮੈਂ ਰਹਿਣੇ ਵਾਲੇ ਆਦਮੀ ਹੂੰ, ਸਮਾਜ ਮੈਂ ਰਹਿਣੇ ਵਾਲੇ ਆਦਮੀ ਹੂੰ, ਮੈਂ ਹਰ ਤਰ੍ਹਾਂ ਆਦਮੀ ਹੂੰ। ਨਹੀਂ, ਜੋ ਵੀਡੀਓ ਹੋਈ ਸੀ ਵਾਇਰਲ, ਵੀ ਗਾਂਵ ਸੇ ਨਿਕਾਲਾ ਜਾਏਗਾ, ਉਹ ਮਸਲਾ ਹੱਲ ਹੋ ਗਿਆ? ਉਹ ਮਸਲਾ ਹੱਲ ਹੋ ਗਿਆ ਜੀ,
ਉਹਨੂੰ ਸਮੱਸਿਆ ਹੱਲ ਹੋ ਗਈ। ਕੀ ਬੋਲੇ ਹੈ ਸਰਪੰਚ? ਉਹ ਸਰਪੰਚ ਸਾਹਿਬ ਬੋਲੇ ਕਿ ਜਿਹੜਾ ਮਜ਼ਦੂਰ ਹੈਗੀ ਉਹਨੂੰ ਇਕੱਲਾ ਨਹੀਂ ਹੈ, ਸਭ ਮਸਲਾ ਹੱਲ ਹੋ ਗਿਆ, ਮੈਂ ਇੱਥੇ ਰਹੂੰਗਾ, ਸਭ ਭਾਈਚਾਰਾ ਮਿਲ ਕੇ। ਕਿ ਜੋ ਇਕੱਠ ਹੋਇਆ ਸੀ ਅੱਜ, ਸਾਰਾ ਸਰਪੰਚ ਸਾਹਿਬ ਸਾਰੇ ਇਕੱਠੇ ਹੋਏ ਸੀ ਅਤੇ ਗੱਲਾਂ ਹੈ ਕਿ ਹੁਣ ਸਾਡਾ ਮਸਲਾ ਨਿਪ ਹੋ ਗਿਆ ਹੱਲ, ਠੀਕ ਹੈ ਜੀ, ਅਤੇ ਮਸਲਾ ਸਾਰਾ ਹੱਲ ਹੋ ਗਿਆ, ਹੁਣ ਨਾ ਮਤਲਬ ਲੋਕ ਸਾਰੇ ਰਲ ਮਿਲ ਕੇ ਰਹਾਂਗੇ, ਠੀਕ ਆ, ਹੁਣ ਨਾ ਕਿਸੇ ਨੂੰ ਕੱਢਣਾ ਨਾ ਕਿਸੇ ਨੇ, ਸਾਰਾ ਫੈਸਲਾ ਹੋ ਗਿਆ ਆਪਣਾ। ਜਿਹੜਾ ਕੋਈ ਪ੍ਰਵਾਸੀ ਗਲਤੀ ਕਰੂਗਾ ਤਾਂ ਉਹਦੇ ਨਾਲ? ਹਾਂ, ਜਿਹੜਾ ਗਲਤੀ ਕਰੂਗਾ ਉਹਨੂੰ ਅਸੀਂ ਫੜਾਂਗੇ, ਸਰਪੰਚ ਸਾਹਿਬ ਨੂੰ ਦੇਵਾਂਗੇ, ਉਹਦੇ 'ਤੇ ਜਿਹੜੀ ਮਰਜ਼ੀ ਕਾਰਵਾਈ ਕਰੇ, ਠੀਕ ਹੈ ਜੀ, ਜਿਹੜਾ ਵੀ ਕੋਈ ਗਲਤ, ਹਾਂ ਜਿਹੜਾ ਵੀ ਕੋਈ ਗਲਤ ਹੋਊਗਾ ਉਹ ਪਿੰਡ ਦੇ ਨਾਲ ਸਾਥ ਦੇਣਗੇ? ਹਾਂਜੀ ਹਾਂਜੀ, ਬਰਾਬਰ ਖੜੇ ਜੀ, ਪਿੰਡ ਦੇ ਨਾਲ ਖੜੇ ਹਾਂ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਮੈਟਰ ਸਾਡੇ ਧਿਆਨ 'ਚ ਆਇਆ ਸੀ, ਸਾਡੇ ਕੋਲ ਕੋਈ ਇਹਦੀ ਕੰਪਲੇਂਟ ਵਗੈਰਾ ਨਹੀਂ ਸੀ ਆਈ, ਅਤੇ ਉੱਥੇ ਜਦੋਂ ਮੌਕੇ 'ਤੇ SHO ਸਾਹਿਬ ਨੂੰ ਵੀ ਭੇਜਿਆ ਗਿਆ ਅਤੇ ਹੋਰ ਜਾ ਕੇ ਪਤਾ ਕੀਤਾ ਗਿਆ ਤਾਂ ਪਤਾ ਲੱਗਿਆ ਵੀ ਇੱਕ ਕੁਝ ਬੱਚਿਆਂ ਦੀ ਛੋਟੀ ਮੋਟੀ ਲੜਾਈ ਕਰਕੇ ਗਲਤਫਹਿਮੀਆਂ ਵੱਧ ਗਈਆਂ ਸੀਗੀਆਂ, ਬਟ ਪਿੰਡ ਦੇ ਮੁਤਬਰ ਲੋਕਾਂ ਨੇ ਹੀ ਪਿੰਡ ਲੈਵਲ 'ਤੇ ਹੀ ਉਹਨੂੰ ਮੈਟਰ ਨੂੰ ਸੋਲਵ ਕਰ ਲਿਆ ਅਤੇ ਹੁਣ ਕੋਈ ਵੀ ਆਪਸੀ ਭਾਈਚਾਰੇ 'ਚ ਜਾਂ ਕੋਈ ਉਹੋ ਜਿਹੀ ਗੱਲ ਨਹੀਂ ਹੈ, ਲੋਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਹੈ, ਅਤੇ ਜਿਹੜੀ ਤੁਸੀਂ ਮੀਟਿੰਗ ਦੀ ਗੱਲ ਕਰ ਰਹੇ ਹੋ ਉਹ ਵੀ ਪਿੰਡ ਵਾਲਿਆਂ ਨੇ ਆਪਣੇ ਤੌਰ 'ਤੇ ਹੀ ਕੈਂਸਲ ਕਰ ਦਿੱਤੀ ਹੈ ਅਤੇ ਹੁਣ ਕੋਈ ਉੱਥੇ ਜੋ ਵੀ ਇਸ਼ੂ ਸੀਗਾ ਉਹ ਰਿਜ਼ੋਲਵ ਹੋ ਗਿਆ, ਖਤਮ ਹੋ ਗਿਆ।